ਗੁੱਡ ਈਵਨਿੰਗ ਐਵਰੀਵਨ, ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੈਰੀ ਸਟੱਡੀ ਆਨਲਾਈਨ ਤੇ। ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕਲਾਸ 9th ਟੌਪਿਕ ਹੈ ਆਪਣੇ ਕੋਲ ਪੋਲੀਨੋਮੀਅਲ, ਜਿਹਨੂੰ ਪੰਜਾਬੀ ਵਿੱਚ ਕਹਿੰਦੇ ਆ ਬਹੁਪਦ। ਇੱਕ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ, ਸਟੂਡੈਂਟ ਨੂੰ ਔਖਾ ਲੱਗਦਾ ਹੈ, ਪਰ ਬਿਲਕੁਲ ਸਿੰਪਲ ਜੀ ਟ੍ਰਿਕ ਦੇ ਨਾਲ ਤੁਹਾਨੂੰ ਕੁਐਸਚਨ ਦੱਸੂਗਾ ਤੇ ਕੁਐਸਚਨ ਤੁਹਾਨੂੰ ਕਦੇ ਨਹੀਂ ਭੁੱਲੇਗਾ। ਦੋ ਕੁਐਸਚਨ ਮੈਂ ਕਰਵਾਊਂਗਾ, ਇੱਕ ਤੁਹਾਡੇ ਲਈ ਪ੍ਰੈਕਟਿਸ ਵਿੱਚ ਹੈ, ਓਕੇ। ਬਾਕੀ ਜੇਕਰ ਤੁਸੀਂ ਸਾਡਾ ਫ੍ਰੀ ਵਾਲਾ ਗਰੁੱਪ ਜੁਆਇਨ ਕਰਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਇੱਕ ਗਰੁੱਪ ਪਿਆ ਵਟਸਐਪ ਦਾ, ਉਹਨੂੰ ਤੁਸੀਂ ਜੁਆਇਨ ਕਰ ਸਕਦੇ ਹੋ, ਜਿੱਥੇ ਤੁਹਾਨੂੰ ਜਿਹੜੀ ਵੀ ਐਕਸਰਸਾਈਜ਼ ਦੀ ਕਲਾਸ 9th ਦੀ ਜਿਹੜੀ ਵੀ ਐਕਸਰਸਾਈਜ਼ ਦੀ ਜਿਹੜੀ ਵੀ ਵੀਡੀਓ ਚਾਹੀਦੀ ਹੈ ਤੁਸੀਂ ਉੱਥੇ ਪੁੱਛ ਸਕਦੇ ਹੋ, ਤੁਹਾਨੂੰ ਉਹ ਵੀਡੀਓ ਸ਼ੇਅਰ ਕਰ ਦਿੱਤੀ ਜਾਵੇਗੀ। ਤੇ ਜੇਕਰ ਤੁਹਾਨੂੰ ਕਿਸੇ ਕੁਐਸਚਨ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹਦੀ ਵੀਡੀਓ ਬਣਾ ਕੇ ਅਸੀਂ YouTube ਦੇ ਉੱਪਰ ਅਪਲੋਡ ਕਰਾਂਗੇ, ਓਕੇ। ਸੋ ਆਪਾਂ ਸਟਾਰਟ ਕਰਦੇ ਹਾਂ ਕੁਐਸਚਨ, ਆਪਾਂ ਫੈਕਟਰਾਈਜ਼ ਕਰਨਾ ਹੈ। ਫੈਕਟਰਾਈਜ਼ ਨੂੰ ਪੰਜਾਬੀ ਵਿੱਚ ਕਹਿੰਦੇ ਆ ਗੁਣਨ ਖੰਡ, ਗੁਣਨ ਖੰਡ। ਗੁਣਨ ਦਾ ਮਤਲਬ ਗੁਣਾ ਤੇ ਖੰਡ ਦਾ ਮਤਲਬ ਕੀ ਹੁੰਦਾ? ਹਿੱਸੇ। ਆਪਾਂ ਇਹਨੂੰ ਕੀ ਕਰਨਾ? ਛੋਟੇ ਛੋਟੇ ਪਾਰਟਸ ਦੇ ਵਿੱਚ ਬ੍ਰੇਕ ਕਰਨਾ, ਜਿਹਨੂੰ ਵਾਪਸ ਮਲਟੀਪਲਾਈ ਕਰੀਏ, ਇਹੀ ਚੀਜ਼ ਬਣ ਜੇ। ਹੁਣ ਦੇਖਦੇ ਨਾਲ ਕੁਐਸਚਨ, ਸਟੂਡੈਂਟ ਨੂੰ ਲੱਗਦਾ ਬਹੁਤ ਔਖਾ ਹੈ, ਬਿਲਕੁਲ ਸੌਖਾ ਜਿਹਾ ਕੁਐਸਚਨ ਹੈ। ਤੁਸੀਂ ਬਸ ਇੱਕ ਗੱਲ ਦਾ ਧਿਆਨ ਰੱਖਣਾ, ਜਿਹੜੇ ਨੰਬਰ ਦੀ ਪਾਵਰ 3 ਹੈ, ਇੱਕ ਪਹਿਲੇ ਨੰਬਰ ਤੇ ਹੋਣਾ ਚਾਹੀਦਾ, ਇੱਕ ਲਾਸਟ ਨੰਬਰ ਤੇ ਹੋਣਾ ਚਾਹੀਦਾ। ਜਿਵੇਂ ਆਪਾਂ ਨੂੰ ਪਤਾ 8 ਕਿਹੜੇ ਨੰਬਰ ਦੀ ਪਾਵਰ 3 ਹੁੰਦਾ? ਦੇਖੋ 8 ਹੈ, ਆਪਾਂ 2 ਪਾਵਰ 3 ਕਰੀਏ, 2 ਨੂੰ ਆਪਾਂ 3 ਵਾਰਾਂ ਗੁਣਾ ਕਰੀਏ, ਕਿੰਨਾ ਬਣਦਾ? 8 ਬਣਦਾ, ਠੀਕ ਹੈ ਜੀ। ਉਸ ਤੋਂ ਬਾਅਦ ਆ ਗਿਆ 27, 27 ਨੂੰ ਆਪਾਂ ਕੀ ਹੈ 3 ਪਾਵਰ 3 ਲਿਖ ਸਕਦੇ ਹਾਂ? ਹਾਂਜੀ ਲਿਖ ਸਕਦੇ ਹਾਂ। 8 ਨੂੰ ਕੀ ਲਿਖ ਸਕਦੇ ਆ? 2 ਪਾਵਰ 3। 27 ਨੂੰ ਕੀ ਲਿਖ ਸਕਦੇ ਆ? 3 ਪਾਵਰ 3। ਬਸ ਤੁਸੀਂ ਇੱਕ ਗੱਲ ਧਿਆਨ ਰੱਖਣੀ ਹੈ, ਜਿਹੜੇ ਨੰਬਰ ਦੀ ਪਾਵਰ 3 ਹੈ, ਦੇਖੋ ਵੈਸੇ ਵੀ ਇੱਥੇ ਐਕਸ ਦੀ ਪਾਵਰ 3 ਹੈ, ਇੱਥੇ ਵਾਈ ਦੀ ਪਾਵਰ 3 ਹੈ, ਇੱਕ ਨੰਬਰ ਪਹਿਲੇ ਨੰਬਰ ਤੇ ਹੋਵੇ, ਇੱਕ ਬਿਲਕੁਲ ਲਾਸਟ ਤੇ ਹੋਵੇ, ਤਾਂ ਆਪਾਂ ਥੋੜੀ ਜਿਹੀ ਸ਼ਫਲਿੰਗ ਕਰਾਂਗੇ। ਕਿਵੇਂ ਕਰਾਂਗੇ? 8x³ ਆ ਗਿਆ ਸੇਮ, ਪਲੱਸ ਦੇ ਵਿੱਚ ਕੀ ਆ ਗਿਆ? 36x² y ਆ ਗਿਆ, ਉਸ ਤੋਂ ਬਾਅਦ ਕੀ ਆ ਗਿਆ? 54xy² ਆ ਗਿਆ, ਠੀਕ ਹੈ। ਤੇ ਲਾਸਟ ਵਿੱਚ ਕੌਣ ਗਿਆ ਚਲਾ? 27। ਲਾਸਟ ਵਿੱਚ ਗਿਆ ਚਲਾ 27y³ ਗਈ ਚਲੀ, ਇਹ ਚੀਜ਼ ਆ ਗਈ। ਹੁਣ ਆਪਾਂ ਕੀ ਕਰਨਾ ਹੈ? ਡਾਇਰੈਕਟ ਆਨਸਰ ਦੇ ਉੱਪਰ ਜੰਪ ਕਰਨਾ ਹੈ, ਆਪਾਂ ਡਾਇਰੈਕਟ ਆਨਸਰ ਲਿਖਣਾ ਹੈ। ਆਨਸਰ ਲਿਖਣ ਤੋਂ ਬਾਅਦ ਆਪਾਂ ਵਿਚਾਲੇ ਵਾਲਾ ਸਟੈਪ ਫਿਲ ਕਰਾਂਗੇ, ਧਿਆਨ ਨਾਲ ਸਮਝਿਓ, ਬਿਲਕੁਲ ਸੌਖੀ ਜੀ ਗੱਲ ਹੈ। ਤੁਸੀਂ ਕਹੋਗੇ ਇਸ ਤੋਂ ਸੌਖਾ ਕੁਛ ਨਹੀਂ ਹੈ, ਓਕੇ। 8 ਕਿਹੜੇ ਨੰਬਰ ਦੀ ਪਾਵਰ 3 ਹੈ? 2 ਦੀ। ਆਪਾਂ ਨੂੰ ਹੁਣੇ ਪਤਾ ਹੈ 8 ਕਿਹੜੇ ਨੰਬਰ ਦੀ ਪਾਵਰ 3 ਹੁੰਦਾ? 2 ਦੀ। ਨਾਲ ਐਕਸ ਹੈ ਤਾਂ ਐਕਸ ਆ ਗਿਆ, ਇੱਥੋਂ 2x ਆ ਗਿਆ। ਜੇਕਰ ਕੁਐਸਚਨ ਦੇ ਵਿੱਚ ਸਾਰੇ ਪਲੱਸ ਹੈ ਤਾਂ ਤੁਸੀਂ ਕੀ ਲਿਖੋਗੇ? ਵਿਚਾਲੇ ਪਲੱਸ ਲਿਖੋਗੇ। ਉਸ ਤੋਂ ਬਾਅਦ 27, 27 ਨੂੰ ਕੀ ਲਿਖੋਗੇ? 3 ਨਾਲ ਵਾਈ ਹੈ, ਪੂਰੇ ਦੀ ਪਾਵਰ ਕੀ ਲਗਾ ਦੋ? 3 ਲਗਾ ਦੋ, ਪੂਰੇ ਦੀ ਪਾਵਰ ਕੀ ਲਗਾ ਦੋ? 3। ਇਹ ਆਪਣਾ ਆਨਸਰ ਆ ਗਿਆ। ਆਨਸਰ ਆਇਆ ਕਿਵੇਂ? 8 ਕਿਹੜੇ ਨੰਬਰ ਦੀ ਪਾਵਰ 3 ਹੈ? 2 ਦੀ, ਤਾਂ 2x ਆ ਗਿਆ। ਕੁਐਸਚਨ ਦੇ ਵਿੱਚ ਸਾਰੇ ਪਲੱਸ ਹੈ, ਪਲੱਸ ਆ ਗਿਆ। 27 ਕਿਹੜੇ ਨੰਬਰ ਦੀ ਪਾਵਰ 3 ਹੈ? 3 ਦੀ, ਤਾਂ ਪੂਰੇ ਦੀ ਪਾਵਰ ਕੀ ਆ ਗਈ? 3 ਆ ਗਈ। ਹੁਣ ਵਿਚਾਲੇ ਵਾਲਾ ਸਟੈਪ ਕਿਵੇਂ ਫਿਲ ਕਰਾਂਗੇ? ਧਿਆਨ ਨਾਲ ਸਮਝਿਓ, ਤੁਸੀਂ ਇੱਕ ਗੱਲ ਯਾਦ ਰੱਖੋ, ਜਦੋਂ ਪਾਵਰ 2 ਹੈ ਤੁਸੀਂ ਉੱਥੇ  121 ਯਾਦ ਰੱਖਣਾ, ਤੇ ਜਦੋਂ ਪਾਵਰ 3 ਹੈ ਉੱਥੇ ਤੁਸੀਂ 1331 ਯਾਦ ਰੱਖਣਾ। ਇੱਥੇ ਦੇਖੋ ਪਾਵਰ 3 ਹੈ, ਤੁਸੀਂ ਕੀ ਯਾਦ ਰੱਖਣਾ? 1331। ਇੱਕ ਹੋਰ ਤੁਹਾਨੂੰ ਲੱਗੇਗਾ ਕੁਐਸਚਨ ਪਤਾ ਨਹੀਂ ਕਿੰਨਾ ਕੁ ਲੰਬਾ ਜਾ ਰਿਹਾ, ਅਗਲਾ ਕੁਐਸਚਨ ਕਰਾਂਗੇ, ਬਿਲਕੁਲ ਈਜ਼ੀ ਬਣੇਗਾ, ਠੀਕ ਹੈ। ਹੁਣ ਆਪਾਂ ਲਿਖਾਂਗੇ 1331, 1, 3, 3 ਤੇ 1। ਬਸ ਲਿਖਣਾ ਕਿਵੇਂ? ਡਿਸਟੈਂਸ ਤੇ ਲਿਖਣਾ, ਥੋੜੀ ਥੋੜੀ ਦੂਰ ਲਿਖਣਾ। ਇਹ ਲੈਫਟ ਵਾਲਾ ਨੰਬਰ ਹੈ, ਇਹ ਲੈਫਟ ਵਾਲਾ ਨੰਬਰ ਹੈ, ਇਹ ਰਾਈਟ ਵਾਲਾ। ਲੈਫਟ ਵਾਲੇ ਨੰਬਰ ਨੂੰ ਕਿੰਨੀ ਵਾਰ ਲਿਖੋਗੇ? 3 ਵਾਰ ਲਿਖੋਗੇ। ਲੈਫਟ ਵਾਲੇ ਨੰਬਰ ਨੂੰ ਕਿੰਨੀ ਵਾਰ ਲਿਖੋਗੇ? 3 ਵਾਰ, ਠੀਕ ਹੈ। ਆਪਾਂ ਲੈਫਟ ਵਾਲੇ ਨੰਬਰ ਨੂੰ 3 ਵਾਰ ਲਿਖਿਆ, ਫਿਰ ਕਿੰਨੀ ਵਾਰ ਲਿਖੋਗੇ? 2 ਵਾਰ ਲਿਖੋਗੇ।
ਪਹਿਲਾਂ ਆਪਾਂ ਲੈਫਟ ਵਾਲੇ ਨੰਬਰ ਨੂੰ 3 ਵਾਰ ਲਿਖਿਆ, ਫਿਰ ਆਪਾਂ 2 ਵਾਰ ਲਿਖਿਆ, ਤੇ ਲਾਸਟ ਵਿੱਚ ਆਪਾਂ ਕੀ ਲਿਖਾਂਗੇ? 1 ਵਾਰ ਲਿਖਾਂਗੇ। ਠੀਕ ਹੈ, ਇਹ ਖੱਬੇ ਪਾਸੇ ਵਾਲਾ ਨੰਬਰ ਹੈ, ਪਹਿਲਾਂ 3 ਵਾਰਾਂ, ਫਿਰ 2 ਵਾਰਾਂ, ਫਿਰ 1 ਵਾਰ। ਹੁਣ ਆ ਗਈ ਸੱਜੇ ਨੰਬਰ ਵਾਲੀ, ਇਹ ਸੱਜੇ ਵਾਲਾ ਨੰਬਰ, ਇਹਨੂੰ ਪਹਿਲਾਂ 3 ਵਾਰਾਂ ਲਿਖੋ, ਕਿੰਨਾ ਆ ਗਿਆ? 3y, ਫਿਰ ਕਿੰਨਾ ਆ ਗਿਆ? 3y, ਤੇ ਫਿਰ ਕਿੰਨਾ ਆ ਗਿਆ? 3y। ਪਹਿਲਾਂ 3 ਵਾਰਾਂ ਲਿਖਾਂਗੇ, ਫਿਰ ਕਿੰਨੀ ਵਾਰ ਲਿਖਾਂਗੇ? 2 ਵਾਰ ਲਿਖਾਂਗੇ, 3y ਤੇ 3y ਆ ਗਿਆ। ਫਿਰ ਕਿੰਨੀ ਵਾਰ ਲਿਖਾਂਗੇ? 1 ਵਾਰ ਲਿਖਾਂਗੇ। ਠੀਕ ਹੈ, ਮੈਂ ਦੁਬਾਰਾ ਰਿਪੀਟ ਕਰਦਾ, ਖੱਬੇ ਵਾਲੇ ਨੰਬਰ ਨੂੰ 3 ਵਾਰਾਂ, 2 ਵਾਰਾਂ, 1 ਵਾਰਾਂ, ਸੱਜੇ ਵਾਲੇ ਨੰਬਰ ਨੂੰ 3 ਵਾਰਾਂ, 2 ਵਾਰਾਂ, 1 ਵਾਰ। ਵਿਚਾਲੇ ਪਲੱਸ ਹੈ ਤਾਂ ਪਲੱਸ ਆ ਜਾਏਗਾ, ਮਾਈਨਸ ਹੈ ਤਾਂ ਮਾਈਨਸ ਆ ਜਾਏਗਾ। ਸੋ ਦੈਟ ਇਜ਼ ਦ ਆਨਸਰ। ਤੁਸੀਂ ਚੈੱਕ ਵੀ ਕਰ ਸਕਦੇ ਹੋ, 2, 2 ਦੂਣੀ 4, 4 ਦੂਣੀ 8, 3, 3 ਦੂਣੀ 6, 6 ਦੂਣੀ 12, 12 ਤੀਏ 36, 3, 3 ਦੂਣੀ 6, 6 ਤੀਏ 18, 18 ਤੀਏ 54, 3, 3 ਤੀਏ 9, 9 ਤੀਏ 27। ਆਨਸਰ ਆ ਗਿਆ। ਸਮਝ ਆ ਗਈ ਕਿਵੇਂ ਕਰਨਾ? ਪਹਿਲਾਂ ਡਾਇਰੈਕਟ ਆਨਸਰ ਤੇ ਜੰਪ ਕਰੋਗੇ, ਫਿਰ ਵਿਚਾਲੇ ਵਾਲਾ ਖਾਨਾ ਫਿਲ ਕਰ ਦੋਗੇ। ਠੀਕ ਹੈ, ਇੱਕ ਹੋਰ ਕੁਐਸਚਨ ਕਰਦੇ ਆਪਾਂ ਇਹਦੇ ਨਾਲ ਦਾ। ਅਗਲਾ ਕੁਐਸਚਨ ਕੀ ਹੈ? 64 ਏ ਪਾਵਰ 3 ਮਾਈਨਸ 144 ਏ ਸਕੇਅਰ ਬੀ ਪਲੱਸ 108 ਏ ਬੀ ਸਕੇਅਰ ਤੇ ਮਾਈਨਸ ਕੀ ਆ ਗਿਆ? 27 ਬੀ ਪਾਵਰ 3। ਹੁਣ ਦੇਖੋ 64 ਕਿਹੜੇ ਨੰਬਰ ਦੀ ਪਾਵਰ 3 ਹੈ? 4 ਦੀ, ਤਾਂ ਕੀ ਆ ਗਿਆ? 4 ਏ। 27 ਕਿਹੜੇ ਨੰਬਰ ਦੀ ਪਾਵਰ 3 ਹੈ? 3 ਦੀ, ਸੋ ਪਾਵਰ 3 ਦੇ ਨਾਲ ਕੀ ਆ ਗਿਆ? ਬੀ। ਇਸ ਵਾਰ ਮਾਈਨਸ ਹੈ ਤਾਂ ਆਨਸਰ ਚ ਕੀ ਆਏਗਾ? ਮਾਈਨਸ ਪਾਵਰ ਕਿੰਨੀ ਆ ਗਈ? 3। ਡਾਇਰੈਕਟ ਆਨਸਰ ਆ ਗਿਆ। ਠੀਕ ਹੈ, 64 4 27 3 ਮਾਈਨਸ ਹੈ ਤਾਂ ਮਾਈਨਸ ਆ ਗਿਆ, ਪਾਵਰ ਕਿੰਨੀ ਲਗਾ ਦੋ? 3 ਲਗਾ ਦੋ। ਹੁਣ ਕੀ ਯਾਦ ਰੱਖਣਾ? 1331 ਕੀ ਲਿਖੋਗੇ? 1, 3, 3 ਤੇ ਫਿਰ ਕੀ ਆ ਗਿਆ? 1 ਆ ਗਿਆ। ਹੁਣ ਖੱਬੇ ਵਾਲੇ ਨੰਬਰ ਨੂੰ ਕਿੰਨੀ ਵਾਰ? 3 ਵਾਰ। ਖੱਬੇ ਵਾਲੇ ਨੰਬਰ ਨੂੰ ਕਿੰਨੀ ਵਾਰ ਲਿਖੋਗੇ? 3 ਵਾਰ ਲਿਖੋਗੇ। ਠੀਕ ਹੈ, ਉਸ ਤੋਂ ਬਾਅਦ ਕੀ ਲਿਖੋਗੇ? 2 ਵਾਰ। ਪਹਿਲਾਂ 3 ਵਾਰਾਂ, ਫਿਰ ਕਿੰਨੀ ਵਾਰ ਲਿਖੋਗੇ? 2 ਵਾਰ ਲਿਖੋਗੇ, ਤੇ ਫਿਰ ਕੀ ਲਿਖੋਗੇ? 1 ਵਾਰ ਲਿਖੋਗੇ। ਠੀਕ ਹੈ, ਪਹਿਲਾਂ 3 ਵਾਰ, ਫਿਰ 2 ਵਾਰ, ਫਿਰ 1 ਵਾਰ। ਹੁਣ ਸੱਜੇ ਵਾਲੇ ਨੰਬਰ ਨੂੰ, ਸੱਜੇ ਵਾਲੇ ਨੰਬਰ ਨੂੰ ਪਿੱਛੋਂ ਲਿਖਣਾ ਸ਼ੁਰੂ ਕਰਨਾ, ਕਿੰਨੀ ਵਾਰ? 3 ਵਾਰ। 3b ਤੇ 3b, ਉਸ ਤੋਂ ਬਾਅਦ ਕਿੰਨੀ ਵਾਰ ਲਿਖੋਗੇ? 2 ਵਾਰ ਲਿਖੋਗੇ। ਠੀਕ ਹੈ, ਤੇ ਉਸ ਤੋਂ ਬਾਅਦ ਕਿੰਨੀ ਵਾਰ ਲਿਖੋਗੇ? 1 ਵਾਰ ਲਿਖੋਗੇ। ਠੀਕ ਹੈ, ਇਹੀ ਆਪਣੇ ਕੋਲ ਕੀ ਆ ਗਿਆ ਆਨਸਰ। ਜਿਵੇਂ ਸਾਈਨ ਹੈ ਸਾਈਨ ਸੇਮ ਲਿਖ ਦੋ, ਮਾਈਨਸ ਹੈ ਤਾਂ ਮਾਈਨਸ ਆ ਗਿਆ, ਪਲੱਸ ਹੈ ਤਾਂ ਪਲੱਸ ਆ ਗਿਆ, ਮਾਈਨਸ ਹੈ ਤਾਂ ਮਾਈਨਸ ਆ ਗਿਆ, ਇਹੀ ਆਪਣਾ ਆਨਸਰ। ਵੈਸੇ ਫਾਰਮੂਲਾ ਕਿਹੜਾ ਹੈ? ਏ ਕਿਊ ਪਲੱਸ ਬੀ ਕਿਊ ਪਲੱਸ 3 ਏ ਸਕੇਅਰ ਬੀ ਪਲੱਸ 3ab ਸਕੇਅਰ ਕਾਹਦੇ ਬਰਾਬਰ ਹੁੰਦਾ? ਏ ਪਲੱਸ ਬੀ ਪੂਰੇ ਦੀ ਪਾਵਰ 3। ਬਟ ਆਪਾਂ ਨੂੰ ਬਿਲਕੁਲ ਸੌਖੀ ਜਿਹੀ ਟ੍ਰਿਕ ਨਾਲ ਕਰ ਲਿਆ, ਤੁਹਾਨੂੰ ਪਤਾ ਕੀ ਹੋਣਾ ਚਾਹੀਦਾ? ਕਿਹੜੇ ਨੰਬਰ ਦੀ ਪਾਵਰ 3 ਹੈ? ਜਿਵੇਂ 64 4 ਦੀ ਪਾਵਰ 3 ਹੁੰਦਾ ਹੈ, 27 3 ਦੀ ਪਾਵਰ 3 ਹੁੰਦਾ ਹੈ। ਹੁਣ ਤੁਹਾਡੇ ਲਈ ਇੱਕ ਹੋਮਵਰਕ ਹੈ, ਇਹ ਕੁਐਸਚਨ ਤੁਸੀਂ ਆਪਣੇ ਆਪ ਕਰਨਾ। ਠੀਕ ਹੈ, ਇੱਥੇ 8 ਹੈ, ਇੱਥੇ ਇੰਗਲਿਸ਼ ਵਾਲਾ ਕੋਈ ਲੈਟਰ ਨਹੀਂ ਹੈ, ਲੈਟਰ ਦੇ ਨਾਲ ਕੋਈ ਨੰਬਰ ਨਹੀਂ ਹੈ, 1 ਯੂਜ਼ ਕਰ ਸਕਦੇ ਹੋ। ਸੋ ਕਮੈਂਟ ਬਾਕਸ ਦੇ ਵਿੱਚ ਇਹਦਾ ਆਨਸਰ ਤੁਸੀਂ ਜ਼ਰੂਰ ਦੇਣਾ। ਓਕੇ, ਬਾਕੀ ਜੇਕਰ ਤੁਹਾਨੂੰ ਕੋਈ ਵੀ ਪ੍ਰੋਬਲਮ ਹੈ 9th ਕਲਾਸ ਦੇ ਕਿਸੇ ਵੀ ਚੈਪਟਰ ਦੇ ਵਿੱਚ, ਤਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵਟਸਐਪ ਦਾ ਇੱਕ ਗਰੁੱਪ ਪਿਆ, ਤੁਸੀਂ ਉਹਨੂੰ ਜੁਆਇਨ ਕਰ ਸਕਦੇ ਹੋ। ਉਸ ਗਰੁੱਪ ਦੇ ਵਿੱਚ ਆਪਦੀ ਪ੍ਰੋਬਲਮ ਸ਼ੇਅਰ ਕਰ ਸਕਦੇ ਹੋ। ਕਿਸੇ ਵੀ ਚੈਪਟਰ ਦੀ, ਕਿਸੇ ਵੀ ਐਕਸਰਸਾਈਜ਼ ਦੀ ਵੀਡੀਓ ਚਾਹੀਦੀ ਹੈ, ਤੁਸੀਂ ਸਾਡੇ ਕੋਲੋਂ ਮੰਗਾ ਸਕਦੇ ਹੋ। ਤੇ ਜੇਕਰ ਤੁਹਾਨੂੰ ਵੈਸੇ ਕਿਸੇ ਕੁਐਸਚਨ 'ਚ ਪ੍ਰੋਬਲਮ ਹੈ, ਤੁਸੀਂ ਸਾਨੂੰ ਫੋਟੋ ਖਿੱਚ ਕੇ ਭੇਜ ਦਿਓ, ਅਸੀਂ 1 ਜਾਂ 2 ਦਿਨਾਂ ਦੇ ਵਿੱਚ ਉਹਦਾ ਸੋਲੂਸ਼ਨ ਤਿਆਰ ਕਰਕੇ ਉਹਦੀ ਵਧੀਆ ਜੀ ਵੀਡੀਓ ਬਣਾ ਕੇ ਐਪ ਦੇ ਵਿੱਚ, ਸੋਰੀ ਯੂਟਿਊਬ ਦੇ ਉੱਪਰ ਅਪਲੋਡ ਕਰਾਂਗੇ। ਥੈਂਕ ਯੂ ਵੈਰੀ ਮੱਚ।